ਸਮਾਗਮ ਅੱਜ ਹੋਇਆ ਉਸ ਤੋਂ ਪਹਿਲਾਂ ਹੀ ਗੱਲਾਂ ਆ ਗਈਆਂ ਸੀ ਕਿ ਬੱਸਾਂ ਜਿਹੜੀ ਹੈਗੇ ਲੈ ਕੇ ਗਏ ਨੇ ਅੱਜ ਹੈਲੀਕਾਪਟਰ ਦੀ ਵੀ ਗੱਲਾਂ ਕਰਦੇ ਜਦੋਂ ਇੰਨਾ ਵੱਡਾ ਮਾਨ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਪਾ ਦਿੱਤਾ ਤੇ ਵਿਰੋਧੀ ਤਾਂ ਕਦੇ ਚੀਜ਼ਾਂ ਨੂੰ ਚਤਵ ਨਹੀਂ ਸਕਦੇ ਸੀ ਸੋਚ ਨਹੀਂ ਸਕਦੇ ਸੀ ਸੋ ਸਵਾਏ ਪੰਜ ਕਸਮ ਤੋਂ ਮੈਨੂੰ ਲੱਗਦਾ ਉਹਨਾਂ ਕੋਲੇ ਕੁਛ ਰਹਿ ਨਹੀਂ ਗਿਆ ਤੇ ਪਹਿਲੀ ਵਾਰੀ ਪੰਜਾਬ ਨੂੰ ਇੱਕ ਬਹੁਤ ਵੱਡਾ ਜਿਹੜਾ ਚਾਹ ਚੜਿਆ ਆ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਤੇ ਲੋਕਾਂ ਦੀਆਂ ਉਮੀਦਾਂ ਨੇ ਜਿਹੜੀਆਂ ਆ ਉਹਨਾਂ ਨੂੰ ਬੂਰ ਪੈਣਾ ਜਿਹੜਾ ਇਸ ਵੇਲੇ ਸ਼ੁਰੂ ਹੋਇਆ ਜਦੋਂ ਵਾਂਗਡੋਰ ਅਰਵਿੰਦ ਕੇਜਰੀਵਾਲ ਦੇ ਹੱਥ ਆਈ ਸੀ ਦਿੱਲੀ ਦੇ ਵਿੱਚ ਉਦੋਂ ਵੀ ਤਾਣੀ ਬਾਹਲੀ ਉਲਝੀ ਹੋਈ ਸੀ ਕੋਈ ਸੋਚ ਹੀ ਨਹੀਂ ਸਕਦਾ ਸੀਗਾ ਪਰ ਉਹ ਤਾਣੀ ਨੂੰ ਐਸਾ ਸੁਲਝਾਇਆ ਤੇ ਲੋਕ ਜਦੋਂ ਵੀ ਰਿਪੀਟ ਮਾਰਦੇ ਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੀ ਮਾਰਦੇ ਆ ਸੋ ਕੋਈ ਨਾ ਉਸ ਤਾਣੇ ਬਾਣੇ ਨੂੰ ਕਰਾਂਗੇ ਸੈੱਟ ਖਟਕੜ ਕਲਾਂ ਵਿਖੇ ਪਹੁੰਚੇ ਹੋਏ ਆ ਬਹੁਤ ਸਾਰੇ ਲੋਕ ਜਿਹੜੇ ਹੈਗੇ ਪੰਜਾਬ ਦੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਜਿੱਥੇ ਲੋਕ ਪਹੁੰਚੇ ਨੇ ਕਲਾਕਾਰ ਪਹੁੰਚੇ ਨੇ ਤਾਂ ਉਸ ਦੇ ਨਾਲ ਨਾਲ ਜਿਹੜੇ ਹੈਗੇ ਨੇ ਉਹ ਵਿਧਾਇਕ ਵੀ ਪਹੁੰਚੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ स्वागत है मैम पंजाबी लोक चैनल दे उत्ते किस तरह देखते हो अज सहुं चुक ली गई है आने वाले दिनों के कम रहेंगे जो प्रायोरिटी रहेंगे देखो सारे काम पंजाब के जोड़े प्रायोरिटी बेसिस से करने वाले ने सो अज सहुं चुकी आ जिदे सारे पंजाब नूं बहुत बधाई है कि जिस आम आदमी पार्टी नूं इन्ना फतवा दिता इन्ने मान नाल उम्मीदां दे नाल सरकार बनाई आ सो अज उस सरकार ने जिहड़े अपने काम परस्यू कर दिते आ सो इस गल दी पंजाब नूं बहुत बधाई आ ते इक इक करके पंजाब दे बहुत सारे मसले ने जिन्हां नूं आम आदमी पार्टी लैके अगे वधूगी ते सीरीअसली कंसीडर करन दी जिन्हां नूं बहुत ज़्यादा लोड़ है इस वेले जी मैम बहुत सारे लोग जिहड़े हैगे सी विरोधियों ने तंज भी कसने शुरू कर दिते आ क्योंकि अजे सहुं चुक समागम अज होया उस तों पहले ही गल्लां आ गईआं सी कि बसां जिहड़ी हैगे लैके गए ने अज हैलीकॉप्टर दी वी गल्लां करदे जदों इन्ना वड्डा मान लोकां ने आम आदमी पार्टी की झोली पा दिता तो विरोधी तो कदे चीज़ां नूं चतव नहीं सकते सी सोच नहीं सकते सी सो सवाए पंज कसम तो मैनूं लगदा उहनां कोले कुछ रह नहीं गया तो बाकी रह गई गल कि सरकार आम आदमी पार्टी की किहड़े किहड़े काम करदी आ किवें किवें करदी आ मेरे ख्याल नाल आपां नूं थोड़ा जिहा हले विरोधियों नूं तंज कसम तो पहलां देख लेना चाहिए कि इह उह सरकार बणी आ जिन्हें पंजाब दे लोकां नूं बहुत सारियां गरंटियां दित्तियां ने बहुत सारे प्रोमिसेस किए आ ते सारे जड़े वादे आ उन्हां नूं पूरे करके दिखाऊगी जे कम्मां दे आधार ते किसी ने सरकार रिपीट मारी है तो आम आदमी पार्टी ने मारी जी बिल्कुल हुण कम्म जिहड़े हैगे ने कदों तो तुसीं हैगा जिहड़ा ब्लू प्रिंट कोई बन चुके आ बस अज तो मान साहब अनाउंसमेंट कर गए अज तो जिहड़ा कम्म आ उह सारे परस्यू हो जाणगे ਤੁਸੀਂ ਆਪਣੇ ਹਲਕੇ ਦੇ ਲਈ ਖਾਸ ਤੌਰ ਤੇ ਜੇ ਦੇਖੀਏ ਤਾਂ ਕਿਹੜੇ ਕੰਮ ਤੋਂ ਹਲਕਾ ਵੀ ਤਲਵੰਡੀ ਸਾਬ ਉਸੇ ਪੰਜਾਬ ਦਾ ਹਿੱਸਾ ਜਿੱਥੇ ਨਸ਼ਿਆਂ ਦੀ ਦੌੜ ਆ ਜਿੱਥੇ ਲਾਅ ਐਂਡ ਆਰਡਰ ਫੇਲੀਅਰ ਆ ਜਿੱਥੇ ਲੋਕ ਜਿਹੜੇ ਆ ਨੌਕਰੀਆਂ ਲੈਣ ਲਈ ਮਤਲਬ ਟੈਂਕੀਆਂ ਤੇ ਚੜਦੇ ਆ ਸੋ ਜਿੱਥੇ ਬਹੁਤ ਸਾਰਾ ਸਕੂਲਾਂ ਦੀ ਹਾਲਤ ਜਿਹੜੀ ਆ ਉਹ ਖਰਾਬ ਆ ਜਿੱਥੇ ਹਸਪੀਟਲਸ ਖਤਮ ਹੋਏ ਆ ਸੋ ਤਲਵੰਡੀ ਸਾਬੋ ਵੀ ਉਸੇ ਪੰਜਾਬ ਦਾ ਹਿੱਸਾ ਆ ਤੇ ਪੰਜਾਬ ਦੇ ਵਿੱਚ ਇਹ ਬਹੁਤ ਸਾਰੀਆਂ ਮੁਸ਼ਕਲਾਂ ਨੇ ਭਾਵੇਂ ਉਹ ਕਿਸਾਨ ਆ ਭਾਵੇਂ ਉਹ ਸਾਡੇ ਮੁਲਾਜ਼ਮ ਵਰਗ ਆ ਭਾਵੇਂ ਸਾਡੇ ਸਟੂਡੈਂਟ ਆ ਇੱਕ ਤੋਂ ਇੱਕ ਵਰਗ ਜਿਹੜਾ ਇਸ ਵੇਲੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸਟਰਗਲ ਕਰ ਰਿਹਾ ਸੀ ਪਿਛਲੇ 75 ਸਾਲਾਂ ਤੋਂ ਤੇ ਪਹਿਲੀ ਵਾਰੀ ਪੰਜਾਬ ਨੂੰ ਇੱਕ ਬਹੁਤ ਵੱਡਾ ਜਿਹੜਾ ਚਾਹ ਚੜਿਆ ਆ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਤੇ ਲੋਕਾਂ ਦੀਆਂ ਉਮੀਦਾਂ ਨੇ ਜਿਹੜੀਆਂ ਆ ਉਹਨਾਂ ਨੂੰ ਬੂਰ ਪੈਣਾ ਜਿਹੜਾ ਇਸ ਵੇਲੇ ਸ਼ੁਰੂ ਹੋਇਆ ਜਦੋਂ ਵਾਗਡੋਰ ਭਗਵੰਤ ਸਿੰਘ ਦੇ ਹੱਥ ਵਿੱਚ ਆਉਂਦੀ ਹੈ ਤਾਂ ਤਾਣੀ ਬਹੁਤ ਉਲਝੀ ਹੋਈ ਹੈ ਕਿਉਂਕਿ ਚੰਨੀ ਸਾਹਿਬ ਹੋਰਾਂ ਦਾ 111 ਦਿਨਾਂ ਦਾ ਕਾਰਜਕਾਲ ਰਿਹਾ ਤਾਂ ਧਰਨੇ ਉਹਨਾਂ ਦੇ ਘਰਾਂ ਦੇ ਅੱਗੇ ਹੀ ਲੱਗੇ ਰਹੇ ਲੋਕ ਮਤਲਬ 111 ਦਿਨਾਂ ਦੇ ਵਿੱਚ ਜਦੋਂ ਵਾਂਗਡੋਰ ਅਰਵਿੰਦ ਕੇਜਰੀਵਾਲ ਦੇ ਹੱਥ ਆਈ ਸੀ ਦਿੱਲੀ ਦੇ ਵਿੱਚ ਉਦੋਂ ਵੀ ਤਾਣੀ ਬਾਹਲੀ ਉਲਝੀ ਹੋਈ ਸੀ ਕੋਈ ਸੋਚ ਹੀ ਨਹੀਂ ਸਕਦਾ ਸੀਗਾ ਪਰ ਉਹ ਤਾਣੀ ਨੂੰ ਐਸਾ ਸੁਲਝਾਇਆ ਤੇ ਲੋਕ ਜਦੋਂ ਵੀ ਰਿਪੀਟ ਮਾਰਦੇ ਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੀ ਮਾਰਦੇ ਆ ਸੋ ਕੋਈ ਨਾ ਉਸ ਤਾਣੇ ਬਾਣੇ ਨੂੰ ਕਰਾਂਗੇ ਸੈੱਟ ਦਿੱਲੀ ਦੇ ਮਾਡਲ ਦੇ ਉੱਤੇ ਜਿਹੜਾ ਪੰਜਾਬ ਦੇ ਵਿੱਚ ਇਲੈਕਸ਼ਨ ਜਿਹੜੇ ਹੈਗੇ ਆਮ ਆਦਮੀ ਪਾਰਟੀ ਨੇ ਲੜੇ ਆ ਪੰਜਾਬ ਮਾਡਲ ਕੁਝ ਇਹੋ ਜਿਹਾ ਬਣ ਜਾਏਗਾ ਕਿ ਹੋਰ ਸਟੇਟਾਂ ਦੇ ਵਿੱਚ ਪੰਜਾਬ ਮਾਡਲ ਦੇ ਜਿਹੜੇ ਹੈਗੇ ਚਰਚੇ ਰਹਿਣਗੇ ਦਿੱਲੀ ਮਾਡਲ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਦਿੱਲੀ ਮਾਡਲ ਆ ਉਹਦਾ ਮਤਲਬ ਇਹ ਆ ਕਿ ਉੱਥੇ ਕੰਮਾਂ ਦੇ ਬੇਸਿਸ ਤੇ ਸਰਕਾਰ ਬਣਦੀ ਆ ਜੇ ਸਕੂਲ ਤੇ ਸਭ ਤੋਂ ਜ਼ਿਆਦਾ ਕੰਮ ਹੋਇਆ ਤਾਂ ਦਿੱਲੀ 'ਚ ਹੋਇਆ ਜੇ ਐਜੂਕੇਸ਼ਨ ਤੇ ਕੰਮ ਹੋਇਆ ਤਾਂ ਦਿੱਲੀ 'ਚ ਹੋਇਆ ਜੇ ਹੈਲਥ ਸੇਵਾਵਾਂ ਤੇ ਕਿਤੇ ਕੰਮ ਹੋਇਆ ਤਾਂ ਦਿੱਲੀ ਦੇ ਵਿੱਚ ਹੋਇਆ ਆ ਸੋ ਮੈਨੂੰ ਲੱਗਦਾ ਵੀ ਇਹ ਕੋਈ ਮਾੜੀ ਗੱਲ ਨਹੀਂ ਹੁੰਦੀ ਜੇ ਡਾਇਰੈਕਸ਼ਨਸ ਜਿਹੜੀਆਂ ਨੇ ਉਹ ਕਿਸੇ ਦੂਜੀ ਸਟੇਟ ਦੀ ਸਰਕਾਰ ਤੋਂ ਲਈਆਂ ਜਾਣ ਮੈਨੂੰ ਨਹੀਂ ਲੱਗਦਾ ਇਹ ਕੁਝ ਗਲਤ ਆ 5 ਸਾਲ ਆਮ ਆਦਮੀ ਪਾਰਟੀ ਪਿਛਲੀਆਂ ਸਰਕਾਰਾਂ ਨੂੰ ਇਹ ਕਹਿੰਦੀ ਰਹੀ ਸੀ ਕਿ ਜੇ ਕੰਮ ਕਰਨਾ ਨਹੀਂ ਆਉਂਦਾ ਤੁਹਾਨੂੰ ਐਟਲੀਸਟ ਥੋੜਾ ਬਹੁਤਾ ਸਿੱਖ ਲਿਆ ਕਰੋ ਦੂਜਿਆਂ ਗਵਾਂਢੀਆਂ ਤੋਂ ਸਿੱਖ ਲੈਣਾ ਚਾਹੀਦਾ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ ਪਰ ਠੀਕ ਆ ਮਤਲਬ ਜਿਹੜਾ ਏਰੀਆ ਮੈਟਰ ਕਰਦਾ ਕਿ ਪੰਜਾਬ ਇੱਕ ਵੱਖਰਾ ਆ ਤੇ ਦਿੱਲੀ ਦਾ ਧਰਾਤਲ ਜਿਹੜਾ ਟੋਟਲੀ ਡਿਫਰੈਂਟ ਆ ਪਰ ਜਿਹੜਾ ਕੰਮ ਆ ਤਾਂ ਲੋਕਾਂ ਦੀਆਂ ਵੀ ਉੱਥੇ ਉਹੀ ਮੰਗਾਂ ਨੇ ਜਿਹੜੀਆਂ ਪੰਜਾਬ 'ਚ ਨੇ ਅਤੇ ਲੋਕ ਆਪਣਾ ਕੰਮ ਚਾਹੁੰਦੇ ਆ ਕੰਮ ਜੇ ਕੋਈ ਸਰਕਾਰ ਦੇ ਸਕਦੀ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜੀ ਬਹੁਤ ਬਹੁਤ ਸ਼ੁਕਰੀਆ ਮੈਡਮ ਗੱਲਬਾਤ ਕਰਨ ਦੇ ਲਈ ਸੋ ਇਹ ਸੀ ਪ੍ਰੋਫੈਸਰ ਬਲਜਿੰਦਰ ਕੌਰ ਜੀ ਜਿਨ੍ਹਾਂ ਨੇ
वो लोगों के सवाल जोड़े है जिन्होंने सवाल चुके ने बीते दिन ही आम आदमी पार्टी के उत्ते उन्होंने जवाब भी दते हैं तो ब्लू प्रिंट भी दस दता आम आदमी पार्टी का की रहेगा किस तरह काम करेगी आम आदमी पार्टी तो कदों तो काम शुरू हो जाएगा उम्मीद करते हम जल्दी ही आम आदमी पार्टी की जी ट्रेन है वो अपनी लीह के उत्ते दौड़नी शुरू हो जाएगी तो लोग जी उम्मीदा करते उन्होंने उन्होंने उम्मीदा जी है कम जोड़े है वह होंगे दिसन लग पे सतनाम सिंह पंजाबी लोक चैनल खटखड़ कलां।